ਸਵਾਗਤ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ। ਹਰ ਇੱਕ ਮੁੱਦੇ ਤੇ ਗੱਲਬਾਤ ਅਸੀਂ ਕਰਦੇ ਰਹਿੰਦੇ ਹਾਂ, ਹਰ ਇੱਕ ਜਿਹੜੀ ਖਬਰ ਦੇ ਉੱਤੇ ਨਜ਼ਰ ਅਸੀਂ ਰੱਖਦੇ ਹਾਂ ਤੇ ਹਰ ਜਿਹੜੀ ਖਬਰ ਤੁਹਾਡੇ ਨਾਲ ਸ਼ੇਅਰ ਕਰਦੇ ਨੇ। ਇੱਕ ਤਾਜ਼ਾ ਜਾਣਕਾਰੀ ਅਸੀਂ ਤੁਹਾਡੇ ਨਾਲ ਇੱਕ ਹੋਰ ਲੈ ਕੇ ਆਏ ਹਾਂ। ਤੁਹਾਨੂੰ ਸਭ ਨੂੰ ਪਤਾ ਕਿ ਲੋਕ ਸਭਾ ਜਿਹੜੀਆਂ ਚੋਣਾਂ ਉਹ ਬਹੁਤ ਨਜ਼ਦੀਕ ਨੇ, ਉਸਦਾ ਜੋ ਵੀ ਉਸ ਨੂੰ ਲੈ ਕੇ ਹਰੇਕ ਪਾਰਟੀ ਆਪਣੇ ਜਿਹੜੇ ਕੰਮ ਕਰ ਰਹੀ ਆ ਉਸ ਨੂੰ ਲੈ ਕੇ ਲੋਕਾਂ ਨੂੰ ਜਿਹੜੇ ਫਾਇਦੇ ਦੇ ਰਹੀ ਆ। ਆਮ ਆਦਮੀ ਪਾਰਟੀ ਦੀ ਗੱਲ ਕਰਦੀ, ਇੱਕ ਬਹੁਤ ਵੱਡੇ ਵਾਅਦੇ ਕੀਤੇ ਗਏ ਸੀ, ਇੱਕ ਬਦਲਾਵ ਲੈ ਕੇ ਆਏ ਸੀਗੇ, ਬਦਲਾਵ ਦਾ ਕਿਹਾ ਸੀਗਾ ਉਹਨਾਂ ਨੇ, ਤੇ ਇੱਕ ਹਨੇਰੀ ਦੀ ਤਰ੍ਹਾਂ ਉਹਨਾਂ ਦੇ 92 ਵਿਧਾਇਕ ਜਿਹੜੇ ਬਣੇ, MLA ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਤੇ ਕਿਤੇ ਨਾ ਕਿਤੇ ਜਿਹੜੇ ਵਾਅਦੇ ਸੀਗੇ ਕਾਫੀ ਉਹਨਾਂ ਨੇ ਪੂਰੇ ਵੀ ਕਰ ਦਿੱਤੇ, ਕੁਛ ਵਾਅਦੇ ਜਿਹੜੇ ਹਜੇ ਵੀ ਰਹਿ ਗਏ ਨੇ। ਤੇ ਹੁਣ ਜਿਹੜੇ ਬਿਜਲੀ ਦਾ ਹੋ ਗਿਆ, ਜਿਹੜਾ NOC ਦਾ ਹੋ ਗਿਆ, ਕਾਫੀ ਵਾਅਦੇ ਇਹਨਾਂ ਨੇ ਪੂਰੇ ਕਰ ਦਿੱਤੇ ਆ। ਹੁਣ ਲੋਕ ਸਭਾ ਚੋਣਾਂ ਜਿਹੜੀਆਂ ਉਹ ਆਉਣ ਵਾਲੀਆਂ ਵਾ, ਲੋਕ ਸਭਾ ਇਲੈਕਸ਼ਨ ਜਿਹੜੇ ਆਉਣ ਵਾਲੇ। ਇੱਕ ਬਹੁਤ ਹੀ ਵੱਡੀ ਜਿਹੜੀ ਖਬਰ ਤੁਹਾਡੇ ਨਾਲ ਲੈ ਕੇ ਇਸ ਟਾਈਮ ਹਾਜ਼ਰ ਹੋਏ ਆ ਅਸੀਂ। ਅਕਾਲੀ ਦਲ ਦਾ ਜਿਹੜਾ ਗੱਠਜੋੜ ਸੀਗਾ ਉਹ ਕਾਫੀ ਸਮੇਂ ਤੋਂ ਜਿਹੜਾ ਟੁੱਟ ਗਿਆ ਸੀਗਾ, ਕਿ ਦਿੱਲੀ ਦੇ ਵਿੱਚ ਅੰਦੋਲਨ ਹੋਇਆ ਸੀਗਾ, ਕਿਸਾਨੀ ਅੰਦੋਲਨ, ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸੀਗਾ ਗੱਠਜੋੜ ਦਾ ਟੁੱਟ ਗਿਆ ਸੀ। ਉਸ ਤੋਂ ਬਾਅਦ ਕਾਫੀ ਦੇਰ ਤੋਂ ਬਾਅਦ ਹੁਣ ਦੁਬਾਰਾ ਜਿਹੜੀਆਂ ਮੀਡੀਆ ਦੇ ਉੱਤੇ ਜਿਹੜੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਨੇ, ਜਿਹੜੇ ਸੁਖਬੀਰ ਬਾਦਲ ਜਿਹੜੇ ਆ ਅਮਿਤ ਸ਼ਾਹ ਨੂੰ ਜਿਹੜਾ ਵਾ ਅਮਿਤ ਸ਼ਾਹ ਤੇ ਜਿਹੜਾ ਵਾ ਸੁਖਬੀਰ ਬਾਦਲ ਅਕਾਲੀ ਭਾਜਪਾ ਜਿਹੜੇ ਆ ਉਹਨਾਂ ਦੀ ਜਿਹੜੇ ਆ ਸੂਤਰਾਂ ਤੋਂ ਸਾਨੂੰ ਖਬਰਾਂ ਮਿਲ ਰਹੀਆਂ ਕਿ ਉਹ ਫਿਰ ਦੁਬਾਰਾ ਇਕੱਠੇ ਹੋਣ ਜਾ ਰਹੇ ਆ। ਜਿਹੜਾ ਟੁੱਟਿਆ ਰਿਸ਼ਤਾ ਸੀ ਜਿਹੜਾ ਜੋੜਨ ਲਈ ਰਾਜੀ ਹੋਏ ਅਮਿਤ ਸ਼ਾਹ ਤੇ ਸੁਖਬੀਰ ਬਾਦਲ, ਅਕਾਲੀ ਦਲ ਤੇ ਭਾਜਪਾ ਜਿਹੜਾ ਗੱਠਜੋੜ ਸੂਤਰਾਂ ਤੋਂ ਸਾਨੂੰ ਖਬਰਾਂ ਆ ਰਹੀਆਂ ਕਿ ਦੁਬਾਰਾ ਜਿਹੜਾ ਗੱਠਜੋੜ ਇਹਨਾਂ ਦਾ ਦੁਬਾਰਾ ਹੋਣ ਲੱਗਾ ਵਾ ਇਹ ਲੋਕ ਸਭਾ ਚੋਣਾਂ ਤੋਂ ਜਿਹੜਾ ਪਹਿਲਾਂ ਜਿਹੜਾ ਇਹ ਗੱਠਜੋੜ ਹੋ ਸਕਦਾ ਹੈ ਸੂਤਰਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਸਾਨੂੰ ਸਾਰੀਆਂ। ਤੇ ਹੁਣ ਪੂਰਾ ਅਸੀਂ ਤੁਹਾਨੂੰ ਦੱਸਦੇ ਹਾਂ, ਮੰਨਿਆ ਜਾ ਰਿਹਾ ਕਿ ਭਾਜਪਾ ਦੇ ਪੁਰਾਣੇ ਸਹਿਯੋਗੀ ਛੇਤੀ ਹੀ ਇੱਕ ਵਾਰ ਜਿਹੜੇ ਆ NDA ਵਿਚ ਸ਼ਾਮਲ ਹੋ ਸਕਦੇ ਨੇ। ਇਹ ਕਾਫੀ ਦੇਰ ਤੋਂ ਜਿਹੜੀ ਇਕੱਠੀ ਪਾਰਟੀ ਸੀ, ਇਕੱਠੇ ਇਲੈਕਸ਼ਨ ਲੜਦੇ ਸੀ, ਉਹਨਾਂ ਦੇ ਵਿਚ ਬਹੁਤ ਗੱਠਜੋੜ ਸੀਗਾ ਲੋਕ ਸਭਾ ਚੋਣਾਂ ਦੇ ਮੱਦੇ ਨਾਲ, ਜਲਦੀ ਹੀ ਅਕਾਲੀ ਤੇ ਭਾਜਪਾ ਵਿਚਾਲੇ ਜਿਹੜਾ ਵਾ ਸਮਝੌਤਾ ਜਿਹੜਾ ਹੋ ਸਕਦਾ ਵਾ ਦੁਬਾਰਾ। ਤੇ ਲੋਕ ਸਭਾ ਚੋਣਾਂ 2022 ਦੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ, ਜਿਹੜਾ ਵਾ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕੀਤੇ ਜਾ ਰਹੇ ਨੇ ਇੰਡੀਆ ਗੱਠਜੋੜ ਦੇ। ਹਾਲੇ ਤੱਕ ਕੋਈ ਵੀ ਸਿਰ ਪੈਰ ਦਿਖਾਈ ਨਹੀਂ ਦੇ ਰਿਹਾ, ਜਿਹੜਾ ਇੰਡੀਆ ਦਾ ਗੱਠਜੋੜ ਸੀਗਾ ਉਹਦਾ ਸਿਰ ਪੈਰ ਦਿਖਾਈ ਨਹੀਂ ਦੇ ਰਿਹਾ। ਚੰਡੀਗੜ੍ਹ ਦੇ ਵਿਚ ਵੀ ਮੇਅਰ ਦੇ ਇਲੈਕਸ਼ਨ ਸੀਗੇ ਤੇ ਜਿਹੜਾ ਗੱਠਜੋੜ ਹੋਇਆ ਸੀ ਕਾਂਗਰਸ ਤੇ ਆਪ ਦਾ ਮਤਲਬ ਫਾਇਦਾ ਨਹੀਂ ਮਿਲਿਆ, ਉਸ ਵਿਚ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ। ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਤੇ ਸੂਤਰਾਂ ਤੋਂ ਜਿਹੜੀ ਖਬਰ ਮਿਲੀ ਆ ਅਕਾਲੀ ਦਲ ਤੇ BJP ਦੇ ਗੱਠਜੋੜ ਦੀ ਸੰਭਾਵਨਾ ਵਾ, ਅਕਾਲੀ ਦਲ ਦੇ ਲੀਡਰ ਭਾਜਪਾ ਦੇ ਸੰਪਰਕ ਵਿਚ ਹਨ ਕਿ ਦੁਬਾਰਾ ਅਸੀਂ ਗੱਠਜੋੜ ਕਰ ਲਈਏ। ਮੰਨਿਆ ਜਾ ਰਿਹਾ ਕਿ ਭਾਜਪਾ ਦੇ ਪੁਰਾਣੇ ਸਹਿਯੋਗੀ ਛੇਤੀ ਹੀ ਇੱਕ ਵਾਰ ਇਹ NDA ਵਿਚ ਸ਼ਾਮਿਲ ਹੋ ਸਕਦੇ ਆ ਤੇ ਲੋਕ ਸਭਾ ਚੋਣੇ ਦੇ ਮੱਦੇ ਨਾਲ ਦੁਬਾਰਾ ਸ਼ਾਇਦ ਇਹ ਇਕੱਠੇ ਚੋਣ ਲੜਨ। ਅਕਾਲੀ ਭਾਜਪਾ ਵਿਚਾਲੇ ਸਮਝੌਤਾ ਵਾ ਜਿਹੜਾ ਵਾ ਬਹੁਤ ਜਲਦ ਹੋ ਸਕਦਾ ਵਾ, ਪੰਜਾਬ ਦੇ ਦੋਵੇਂ ਪਾਰਟੀਆਂ ਮਿਲ ਕੇ ਲੋਕ ਸਭਾ ਜਿਹੜੀਆਂ ਚੋਣਾਂ ਵਾ ਉਹ ਲੜ ਸਕਦੀਆਂ ਵਾ। ਤੇ ਤੁਹਾਨੂੰ ਵੀ ਪਤਾ ਪੰਜਾਬ ਦੇ ਵਿਚ ਜਿਹੜੀ ਆਮ ਆਦਮੀ ਸਰਕਾਰ ਆ ਅਕਾਲੀ ਤੇ BJP ਜਿਹੜੇ ਆ ਇਕੱਠੇ ਜਿਹੜੇ ਆ ਚੋਣ ਜਿਹੜੇ ਆ ਉਹ ਲੜ ਸਕਦੇ ਆ। ਪੰਜਾਬ ਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਚੋਣਾਂ ਪਹਿਲੀ ਗੱਠਜੋੜ ਕਰ ਸਕਦੀਆਂ ਵਾ, ਚੋਣਾਂ ਤੋਂ ਪਹਿਲਾਂ ਜਿਹੜਾ ਇੱਕ ਗੱਠਜੋੜ ਇਹਨਾਂ ਦੇ ਵਿਚ ਹੋ ਸਕਦਾ ਵਾ। ਬਾਕੀ ਹੁਣ ਦੇਖਦੇ ਆ ਕਿ
ਜਿਹੜਾ ਸਿੱਟਾ ਇਸਦਾ ਨਿਕਲ ਕੇ ਆਉਂਦਾ ਵਾ। ਬਹੁਤ ਜਲਦੀ ਚੋਣਾਂ ਵੀ ਆਉਣ ਵਾਲੀਆਂ ਲੱਗ ਗਏ। ਸੂਤਰਾਂ ਅਨੁਸਾਰ ਪੰਜਾਬ ਵਿਚ ਭਾਜਪਾ ਦੀ ਅਕਾਲੀ ਦਲ ਨਾਲ ਗੱਲਬਾਤ ਅੰਤਿਮ ਪੜਾਅ ਤੇ ਜਿਹੜੀ ਚੱਲ ਰਹੀ ਆ, ਗੱਲਬਾਤ ਕਾਫੀ ਦੇਰ ਤੋਂ ਚੱਲ ਰਹੀ ਆ। ਮੰਨਿਆ ਜਾ ਰਿਹਾ ਹੈ ਕਿ 2027 2017 ਤੇ 2022 ਦੀ ਵਿਧਾਨ ਸਭਾ ਚੋਣਾਂ ਚ ਮਿਲੀ ਕਰਾਰੀ ਹਾਰ ਸੀਗੀ। 2017 ਤੇ 2022 ਚ ਬਹੁਤ ਬੁਰੀ ਜਿਹੜੀ ਹਾਰ ਮਿਲੀ ਸੀ। ਬਾਅਦ ਵਿਚ ਫਿਰ ਲੋਕ ਸਭਾ ਚੋਣਾਂ ਵਿਚ ਅਕਾਲੀ ਲਈ ਕਾਫੀ ਚੁਣੌਤੀਆਂ ਭਰੀਆਂ, ਜਦੋਂ ਗਠਜੋੜ ਇਨ੍ਹਾਂ ਦਾ ਖਤਮ ਹੋ ਗਿਆ ਸੀਗਾ, ਉਸ ਤੋਂ ਬਾਅਦ ਕਾਫੀ ਚੁਣੌਤੀਆਂ ਦਾ ਅਕਾਲੀ ਦਲ ਨੂੰ ਜਿਹੜਾ ਵਾ ਉਹ ਸਾਹਮਣਾ ਕਰਨਾ, ਜਿਸ ਕਾਰਨ ਅਕਾਲੀ ਦਲ ਹੁਣ ਇਕ ਵਾਰ ਫਿਰ ਤੋਂ ਚੋਣ ਲੜਨ ਲਈ ਜਿਹੜਾ ਵਾ ਮੂਡ ਬਣਾ ਰਹੀ ਆ। ਇਸ ਨੂੰ ਲੈ ਕੇ ਇਕ ਬਹੁਤ ਵੱਡੀ ਜਿਹੜੀ ਖ਼ਬਰ ਆ ਰਹੀ ਸੀਗੀ ਕਿ ਦੁਬਾਰਾ ਜਿਹੜਾ ਬੀਜੇਪੀ ਅਤੇ ਅਕਾਲੀ ਦਲ ਜਿਹੜਾ ਗਠਜੋੜ ਜਿਹੜਾ ਹੋ ਸਕਦਾ ਵਾ। ਇਸ ਖ਼ਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ। ਧੰਨਵਾਦ।